ला तो अब बाली सोहनी गल होगी, रब ने तो पवी पूरी कराड़ी तो कराड़ी क्ड ली, धुप्पे भी नहीं बैठा जाता अज त। वह मुंडा जला तड़के का गया, हल तकर घर नहीं आया, पता नहीं किधर लंघ जाता। मैं घर उड़ीक दी भी रोटी रुटी खा ला के। ओ बेबे बधाइया तेन। बे पुत का दी बधाइया। बधाइया बेबे, साडा वीजा आ गया, मैं उधर गया। अच्छा पुत झूठ तो नहीं बोलता, सच है गल? झूठ का तो बोलूंगा बेबे, अमरीका वाले मुंडे का फोन आया। अच्छा अच्छा, कहना हूं तो तैयारियां कर लो, छह सात दिन तक फ्लैट है। बे पुत शुक्र है परमात्मा ने थोड़ी तो बहुत सोहनी सुन ली। लवप्रीत कितने है? लवप्रीत तो पुत अंदर ही काम जा करी जाती है, पर मैं उम्मीद नहीं सी भी वह मुंडा अपना काम करवा दूगा। ना बेबे, उन्हें तो बाली काली करी, लवप्रीत नु बुला छेदी, उन्हें भी खुशखबरी दे दी। लवप्रीत लवप्रीत बे पुत अज तो जानी के दिन कोई सोहना ही चढ़िया। ना तुसी सवेर दे गए होए हो, थोनू ए नहीं होंदा हैगा भी बंदा रोटी खा के दबग जे? बेबे माड़ा मोटा कह दे करो ना, सवेर निकल जाते ने। कुछ काम नहीं सुन, गल सुन जे। मैं कोई गल नहीं सुननी हैगी। मैं तेनू गल सी, तेरी भी रोटी बेची रह जूगी। बस ता मैं रोटी खा ली, हुन गल दसो की है? अपना वीजा आ गया, तैयारी खिंच लै शीशे दी। तेनू दसन आ गया, मेरे तो पैर नहीं लगे, मैं जाके दस के आवा घरे। सात दिन तक फ्लाइट है, फिर उत्थे जाके आपां नूं काम कुम भी करना पऊगा, तैयारियां कर ला। तेनूं मैनूं दस कपड़ा लीड़ा की कुछ लैके आना, भले आने जाके। हाय सत्त कु दिनां तक बेबे, इन्नी छेती तैयारी किवें करांगे असीं? पुत्त चल कोई गल नहीं, सब तैयारी हो जूगी, आ काम बन गया अपने, इन्ना सोहणा एदू चंगा की आ। बाहरले देश जावांगे आपां, ते होर यकीन नहीं हो रिहा। पुत्त जी यकीन तां मैनूं वी नहीं आउंदा वी अज तां जणी परमात्मा ने दिन वधिया चढ़ाया अपने वास्ते। आपदे डैडी नूं ते मम्मी नूं दोनां नूं फोन ला के सारा कुछ दस दी, नाले आके मिल जाणगे आपां नूं। हां ਹਾਂਜੀ, ਮੈਂ ਹੁਣੇ ਫੋਨ ਕਰ ਦਿੰਦੀ ਹਾਂ ਮੰਮੀ ਹੋਰਾਂ ਨੂੰ, ਜਾਂ ਫਿਰ ਆਪਾਂ ਆਪੇ ਜਾ ਕੇ ਮਿਲੇ ਆਵਾਂਗੇ ਜੇ ਮੰਮੀ ਹੋਰੀ ਹੋਰੀ ਆ, ਪਰ ਉਹ ਆਪੇ ਆ ਜਾਣਗੇ, ਆਪਾਂ ਨੂੰ ਤਾਂ ਬਹੁਤ ਕੰਮ ਹੋਣਗੇ ਹੁਣ। ਤੇ ਹੋਰ ਹੁਣ ਨਾਲੇ ਮੈਂ ਨੇੜੇ ਜੇ ਫੋਨ ਕਰ ਦੂੰਗੀ ਕਿ ਹੁਣੀ ਕਰਾਂ? ਚੱਲ ਜਿਵੇਂ ਤੇਰੀ ਮਰਜ਼ੀ ਹੈ, ਚੱਲ ਆਪਾਂ ਪਹਿਲਾਂ ਸ਼ਾਪਿੰਗ ਕਰ ਆਈਏ। ਬੇਬੇ ਚੱਲ ਆਪਾਂ ਐਂ ਕਰਾਂਗੇ, ਅੱਜ ਤੋਂ ਨਹੀਂ ਸ਼ੁਰੂਆਤ ਕਰਦੇ ਆਪਾਂ, ਕੱਲ੍ਹ ਤੋਂ ਸ਼ੁਰੂਆਤ ਕਰਾਂਗੇ, ਕੱਲ੍ਹ ਤੋਂ ਸ਼ਾਪਿੰਗ ਸਾਰੀ ਸ਼ੁਰੂ ਕਰ ਦਾਂਗੇ ਆਪਾਂ। ਚੱਲ ਐਂ ਕਰੀ ਫਿਰ, ਅੱਜ ਸਾਰਾ ਕੁਝ ਲਿਖ ਲਈ, ਪਿੱਛੇ ਗੇੜਾ ਮਾਰ ਆਵਾਂਗੇ ਮਾੜਾ ਮੋਟਾ, ਤੇ ਤੁਸੀਂ ਨਾਲੇ ਤਾਂ ਬੀਜੇ ਫੜ ਲਿਓ ਆਪਣੇ। ਮੈਂ ਜਾਣਾ ਉਧਰ, ਨਾਲੇ ਹੋਰ ਥੋੜਾ ਬਹੁਤਾ ਜਿਹੜਾ ਰਹਿ ਗਿਆ ਆਪਣਾ ਕੰਮ ਉਹ ਕਰਵਾ ਲਿਓ। ਚੱਲ ਮੈਂ ਜਾਣਾ, ਨਾਲੇ ਬੇਬੇ ਮੇਰੀ ਗੱਲ ਸੁਣ, ਕੁਛ ਮੂੰਹ ਮੁੱਠਾ ਮਿੱਠਾ ਮੁੱਠਾ ਕਰਾ ਦੀ ਸਾਰਿਆਂ ਦਾ, ਚੰਗਾ? ਆਂਢ ਗਵਾਂਢ ਚ ਦੱਸ ਦੀ, ਹੁਣ ਪਾ ਦੀ ਰੌਲਾ, ਹੁਣ ਤਾਂ ਬਾਹਰ ਜਾਣਾ ਹੀ ਹੈ। ਨਾਲੇ ਮੰਮੀ ਦੀ ਗੱਲ ਸੁਣ, ਬੇਬੇ ਕਰ ਹੈ ਪੰਜੀਰੀ ਲਾ ਦੀ, ਉੱਥੇ ਆਪਾਂ ਪੰਜੀਰੀ ਲੈ ਕੇ ਜਾਵਾਂਗੇ। ਚੱਲ ਕਿੰਨੀਆਂ ਹੀ ਬਣਾ ਦੀ, ਜਿਹੜਾ ਮਰਜ਼ੀ ਚੀਜ਼ ਲੈ ਜਾਓ ਪੁੱਤ, ਖੋਆ ਲਜਾਇਓ ਪੰਜੀਰੀ ਲੈ ਕੇ ਜਾਇਓ, ਹੈ ਮਸਾ ਮਸਾ ਤਾਂ ਵੀਜ਼ਾ ਆਇਆ ਤੁਹਾਡਾ, ਮੈਨੂੰ ਤਾਂ ਬਹੁਤ ਖੁਸ਼ੀ ਹੈ। ਮੇਰੀ ਗੱਲ ਸੁਣੋ, ਹਾਲੇ ਕਿਸੇ ਨੂੰ ਦੱਸਣਾ ਨਹੀਂ ਸਾਡਾ ਵੀਜ਼ਾ, ਲੋਕਾਂ ਨੂੰ ਹੀ ਪਤਾ ਲੱਗੇ ਵੀ ਛਾ ਚੜ ਗਏ ਬਸ। ਇਹ ਤਾਂ ਮੈਂ ਕਹਿੰਦਾ ਬੌਲਾ, ਕਹਿੰਦਾ ਪਹਿਲਾਂ ਹੀ ਦੱਸ ਦੇ, ਕਹਿੰਦਾ ਕਮਾਂਡ ਚ ਰੌਲਾ ਪਾ ਦੇ, ਚੁੱਪ ਕਰ ਜਾ। ਮੈਨੂੰ ਆਏ ਸੀ ਉਹ ਪ੍ਰੀਤੋ ਜੀ ਮੱਚਦੀ ਰਹਿੰਦੀ ਆ, ਪ੍ਰੀਤੋ ਨੂੰ ਤਾਂ ਦੱਸ ਦੀ ਹੋਰ ਮੱਚ ਜੂਗੀ। ਓਹੋ ਉਹ ਤਾਂ ਹਲੇ ਆਈ ਨਹੀਂ, ਓਹੋ ਨਾਲੇ ਉਹ ਤਾਂ ਆਪੋ ਆਪਣੀ ਹੈ ਵਿਚਾਰੀ, ਉਹ ਕਿਹੜੇ ਪਗਾਨੀ ਹੈ, ਉਹ ਤਾਂ ਫੋਨ ਤੇ ਦੱਸਣਾ ਹਲੇ, ਉਹ ਤਾਂ ਆਈ ਵੀ ਨਹੀਂ। ਨਾਲੇ ਮੇਰੀ ਗੱਲ ਸੁਣੋ, ਆਪਾਂ ਨੇ ਬਾਹਰ ਜਾਣ ਤੋਂ ਪਹਿਲਾਂ ਉਹ ਵੀ ਉਰੇ ਆਉਣੀ ਚਾਹੀਦੀ ਹੈ, ਤੁਸੀਂ ਨਾ ਛੇਤੀ ਵੀਜ਼ੇ ਲੈ ਕੇ ਆਓ, ਤੇ ਉਸ ਤੋਂ ਬਾਅਦ ਨਾ ਆਪਾਂ ਦੋਵੇਂ ਜਣੇ ਉਹਦੇ ਘਰ ਵਾਲੇ ਕੋਲੇ ਜਾ ਕੇ ਆਵਾਂਗੇ। ਚੱਲ ਠੀਕ ਹੈ ਫਿਰ, ਮੈਂ ਜਾਣਾ, ਠੀਕ ਹੈ ਤੇ ਮੈਂ ਕੁਝ ਮਿੱਠਾ ਤਾਂ ਲੈ ਆਵਾਂ, ਆਪਾਂ ਤਾਂ ਘਰੇ ਮੂੰਹ ਮਿੱਠਾ ਕਰ ਲਾਂਗੇ। ਲਿਆਈ ਲੈ ਪੁੱਤ, ਸਕੂਲ ਦੇ ਗੁਲਾਬ ਜਾਮਣਾ ਡੱਬਾ ਲੈ ਮਿਕਸ। ਠੀਕ ਹੈ ਮੈਂ ਵੀ ਖਾ ਲੂੰ। ਚੱਲ ਚੰਗਾ ਫਿਰ, ਚੱਲਦੀ ਹੈ। ਸ਼ੁਕਰ ਹੈ ਬੇਬੇ ਰੱਬ ਨੇ ਸੁਣ ਲਈ ਹੁਣ ਤਾਂ ਆਪਣੀ। ਉਮੀਦ ਨਹੀਂ ਸੀ ਪੁੱਤ ਮੈਨੂੰ ਉਹ ਮੁੰਡੇ ਤੋਂ, ਮੈਨੂੰ ਤਾਂ ਐਂ ਸੀ ਵੀ ਇਹ ਉਹੀ ਫਿਰਦਾਗਾ, ਝੂਠ ਪਾਨ ਜਾ ਬੋਲਦਾ ਵੀ ਕਿਤੇ ਆਪਣੇ ਪੈਸੇ ਲੱਗੇ ਲਗਾਏ ਐਵੇਂ ਨਾ ਜਾਣ। ਹੁਣ ਤਾਂ ਯਕੀਨ ਹੋ ਗਿਆ, ਹੁਣ ਤਾਂ ਆਪਣੇ ਵੀਜ਼ੇ ਵੀ ਆ ਗਏ, ਹੁਣ ਬਸ ਆਕਾਸ਼ ਵੀਜ਼ੇ ਲੈ ਆਉਣਗੇ, ਉਸ ਤੋਂ ਬਾਅਦ ਬਸ। ਨਾਲੇ ਮੇਰੀ ਗੱਲ ਸੁਣੋ, ਤੁਸੀਂ ਟੈਨਸ਼ਨ ਨਾ ਲਿਓ, ਦੋ ਤਿੰਨ ਮਹੀਨੇ ਦੇ ਵਿੱਚ ਨਾ ਤੁਹਾਨੂੰ ਬਾਹਰ ਲੈ ਜਾਵਾਂਗੇ। ਉਹ ਕੋਈ ਨਾ ਪੁੱਤ, ਜਦੋਂ ਤੁਸੀਂ ਵਗ ਗਏ ਮੈਂ ਤਾਂ ਆਪੇ ਵਗ ਗਈ, ਮੇਰਾ ਤਾਂ ਫਿਕਰ ਤੁਹਾਨੂੰ ਪਹਿਲਾਂ ਹੈਗਾ, ਆਪੇ ਲੈ ਜਾਓਗੇ ਤੁਸੀਂ ਮੈਨੂੰ ਨਾਲ। ਮੰਮੀ ਪਰ ਮੈਨੂੰ ਫਿਕਰ ਲੱਗੀ ਪਈ ਆ ਵੀ ਉਹਨਾਂ ਟਾਈਮ ਤੁਸੀਂ ਕਿਹਦੇ ਕੋਲ ਰਹੋਗੇ ਜਦੋਂ ਤੱਕ ਬਾਹਰ ਨਹੀਂ ਜਾਂਦੇ? ਉਹ ਪੁੱਤ ਕੋਈ ਨਾ, ਆਪੇ ਪਰਮਾਤਮਾ ਹੈਗਾ, ਦੱਸ ਆਂਢ ਗੁਆਂਢ ਹੈਗਾ, ਮੈਂ ਕਿਹੜਾ ਉਹਦੇ ਇਕੱਲੀ ਆ। ਕੋਈ ਗੱਲ ਨਹੀਂ, ਮੈਂ ਤਾਂ ਉਹਦਾ ਟਾਈਮ ਆਪੇ ਕੱਢ ਲੂੰ ਪੁੱਤ, ਪਰ ਤੁਸੀਂ ਲੱਗ ਜਾਓ। ਮੰਮੀ ਤੂੰ ਐਂ ਕਰੀ, ਪ੍ਰੀਤੋ ਨੂੰ ਬਾਲੇ ਕਰੀ ਲਵੇ, ਨਾਲੇ ਉਹਦੇ ਘਰ ਵਾਲਾ ਦਾਰੂ ਪੀਂਦਾ। ਉਹ ਕੀ ਪਤਾ ਹੈ, ਪੈਣ ਦੇਵੇ ਨਾ ਦੇਵੇ, ਉਹ ਦਾਰੂ ਵਾਲੇ ਬੰਦੇ ਦਾ ਕੀ ਹੁੰਦਾ, ਜੇ ਤਾਂ ਹਾਂ ਕਰਤੀ ਹਾਂ ਕਰਤੀ, ਨਹੀਂ ਤਾਂ ਜਵਾਬ ਸਹੀ, ਉਹਦਾ ਤਾਂ ਇਹੋ ਜਿਹਾ ਸੁਭਾਅ ਪੁੱਤ, ਉਹ ਤਾਂ ਰੁੱਖਾ ਬੰਦਾ ਹੈ। ਚੱਲ ਕੋਈ ਗੱਲ ਨਹੀਂ, ਮੇਰਾ ਤਾਂ ਸਰ ਜੂਗਾ, ਪਰ ਤੁਸੀਂ ਬਾਹਰ ਜਾਓ ਨਾ। ਹਾਂ ਕੋਈ ਗੱਲ ਨਹੀਂ, ਬਸ ਹੁਣ ਸਾਡਾ ਵੀਜ਼ਾ ਆ ਜੂਗਾ, ਅਸੀਂ ਦੋ ਜਣੇ ਬਾਹਰ ਵਗ ਜਾਵਾਂਗੇ, ਫਿਰ ਦੋ ਤਿੰਨ ਮੰਥ ਬਾਅਦ ਤੁਹਾਨੂੰ ਲੈ ਜਾਵਾਂਗੇ। ਕੋਈ ਨਾ ਪੁੱਤ, ਕੋਈ ਨਾ, ਸਭ ਨਾਲੇ ਮੈਂ ਡੈਡੀ ਨੂੰ ਫੋਨ ਕਰਕੇ ਖੁਸ਼ਖਬਰੀ ਦੇ ਦਾਂ ਹੁਣ। ਹਾਂ ਹਾਂ ਪੁੱਤ, ਉਹਨੂੰ ਤਾਂ ਫੋਨ ਕਰ ਦੇ, ਉਹਨੂੰ ਵੀ ਇੰਨਾ ਖੁਸ਼ੀ ਹੋ ਜੂਗੀ। ਠੀਕ ਹੈ ਮੈਂ ਕਰਦੀ ਹਾਂ ਫੋਨ, ਤੁਸੀਂ ਰੋਟੀ ਖਾ ਲਓ, ਨਾਲੇ ਆਕਾਸ਼ ਤਾਂ ਆਪੇ ਆ ਜਾਣਗੇ ਆ ਕੇ ਖਾ ਲੈਣਗੇ। ਕੋਈ ਨਾ ਪੁੱਤ, ਕੋਈ ਨਾ, ਕੋਈ ਨਾ, ਖਾ ਲਾਂਗੇ। ਹਾਂ ਪੁੱਤ, ਹੋਰ ਕੀ ਹਾਲ ਨੇ? ਅੱਛਾ ਅੱਛਾ, ਫਿਰ ਤਾਂ ਬੜੀ ਖੁਸ਼ੀ ਦੀ ਗੱਲ ਹੈ। ਅੱਛਾ
चंगी गल है धीए वीजा लग गया है किन्ने क चिर वास्ते कह बस इन्ने कि दिन चल ठीक है धीए वधिया वधिया गल है दसदा मैं तेरी माँ को बैठ गया मैं कर दा गल तेरी माँ भी दसदा होर तो ठीक हो सारे चल धीए ये तो बहुत खुशी की गल है दिना बधाइया मैं तेरी माँ चंगा 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 ठीक है ठीक है ठीक है जी कादिया बधाइया ले अपनी लवप्रीत मुंडे का वीजा लग गया तो हम हफ्ते च ही जाएंगे वीजा लग गया हाँ तो तू ऐ कर लड्डू लिया घर च बंडे नाले सारा दसिया मेरी गल सुन तू कमला तो नहीं होया गया एडी छेती वीजा किवें लग गया दो जने झूठ बोलते लवप्रीत ने फोन करा मैं हूँ आधे गल करके हटी मैं उन्होंने कोई कागज पत्र तैयार नहीं सी, कोई पासपोर्ट तैयार नहीं एडी सत्या ही वीजे लग जाते होंगे वो तो कहते सानू तुसी मिलना आ जाओ कहते हफ्ते में जा रहे हैं तो तू ऐ कर आप तैयारी कर मिल के भी आई उन्होंने हूँ जाके नहीं हाँ उन्होंने वीजा लवाया कि नहीं है वीजा हूँ मैं तो पता नहीं मैं लगता किसी ने तो लवाया ही है वीजा कि लवाया होया मैं तो ऐ लगता अमरीका वाले मुंडे ने ना लवाता होवे उन्हें लवाता हाँ उहदे नाल इहनां दी किवें गल होगी इत्थे आया सी पता लैण उदों तू उत्थे गई हुई सीगी मैनू नहीं पता भी की गलबात है पर मैनू शक लगदी है भी उसे ने ना लवाता होवे किते अच्छा हाँ हुण तू ऐ कर जिहड़ी मेरी गल मान ते लड्डू लिया ते घरां च वंडिया छेती देने ते दस्सिया नाले मेरी गल सुण जे लड्डू लिया के देंगे ते फेर ही वंडूंगी मैं जा तू अंदर चक के पैसे लड्डू लैके आ चल ठीक है आ तो बड़ा वधिया हो गया ते नाले जाण दी तैयारी कर आपां कुड़ी मुंडे कोल चल के आवांगे मिल के चंगा जाया आहो आहो छेती कर मेरी काले मुंडे ने ना वीजा लवाता इन्हां दी किवें गल होई उहदे नाल मैनूं तां ऐ लगदा है वी मेरे तो वध पैसे लैके ना उहनां तों ते तां वीजा लवा गया चल कोई नहीं मैं जाके करती उहदे नाल गल ऐ तो नहीं मैं जान दें इन्हों फिर वो ला लाने दारनी है पैसे ले जा तो लड्डू लिया करा ए शुकर है वो किधर भाग गए अच्छा मैं लगा गुआढ़ियों के दसन भाग गए शुकर है इनू भी चा चढ़िया भी अमरीका जा रहा मेरी धी नाले जवाई शुकर है चल मैं ही ना लिया मैं लड्डू पर उन्होंने आ जान दे फिर ही लेके आऊँ शुक्र है रब्बा इनू भी चा चढ़िया लवप्रीत हाँ बेबे उरिया पुत भांडे मांजे नहीं हले ना मैं देख रही सी महान उचड़ गए ना गिले गिले जे चिंटे सी मैं उदो मांज के मैं बुरे लगे मैं तेनों ऐ कहंदी सी फिर हुण तू आपदी तैयारी बारी लग जाओ तुसी कल तो करन मैं ये कहती सी मैं आकाश नूं आपां कह दिंदे अज दूध लिआउंदा घिओ घू लिआउंदा देसी पंज चार सेर कदे वास्ते पंजीरी रला के दे दूंगी मैं तुहानूं हाँ सच है ना होर मैं तां इह सोची गई कि दुध ना सर जूगा लै पंजीरी च तां घिओ वी पैंदा हुंदा है होर ऐ ना पंज चार किलो घिओ दी पंजीरी लिआ के दे दूं पुत उत्थे तुसीं आपदा खा लिआ करोगे टाइम नाल है ना मम्मी मेरा आकाश तां कहंदे सी खोआ वी कढ़णा कहंदे मैं पिन्नियां खाणियां ने फिर आपां खोआ बना लांगे जिहदे दुध लैके आपां कह दांगे उहनां नूं ਵੀ ਭਾਈ 15 ਕਿਲੋ ਦੁੱਧ ਹੁੰਦਾ ਉਹਨਾਂ ਦੇ 15 ਦਾ 15 ਆਪਾਂ ਚਵਾ ਲਿਆ ਮੈਂ ਗਨੋ ਤੋਂ ਕੋਲੇ ਖੜਕੇ ਨਾਲੇ ਹਾਂ ਦੁੱਧ ਵੀ ਉਹਨਾਂ ਦੇ ਡੈਡੀ ਚ ਨਾ ਪਾਉਣਗੇ ਹਾਂ ਹਾਂ ਦੁੱਧ ਵੀ ਵਧੀਆ ਹੁੰਦਾ ਉਹਨਾਂ ਦਾ ਤਾਂ ਤੇ ਫਿਰ ਮੈਂ ਤੈਨੂੰ ਐਂ ਕਹਿੰਦੀ ਸੀ ਨਾਲੇ ਫਿਰ ਮੈਂ ਤੈਨੂੰ ਕੱਪੜੇ ਕੁੱਪੜੇ ਸੂਟ ਸਾਟ ਦਾ ਪਾ ਲਿਆਉਂਦੀ ਅੱਜ ਬਰੇਟੇ ਵੀ ਪੱਕ ਚੱਲਦੇ ਆਪਾਂ ਸੂਟ ਹਾਂ ਮੰਮੀ ਸੂਟ ਤਾਂ ਮੈਂ ਇੱਕ ਨੱਦ ਲੈ ਜੂਗੀ ਮੇਰੇ ਕੋਲ ਪਹਿਲੀ ਬਹੁਤ ਪਏ ਨੇ ਨਾਲੇ ਉੱਥੇ ਮੈਂ ਸੂਟ ਥੋੜੀ ਪਾਉਂਗੀ ਉੱਥੇ ਲੋਕ ਅੰਗਰੇਜ਼ ਨੇ ਤੈਨੂੰ ਪਤਾ ਹੀ ਹੈ ਉਹ ਸੱਚ ਪੁੱਤ ਮੈਂ ਤਾਂ ਭੁੱਲ ਗਈ ਸੀ ਹਾਂ ਉੱਥੇ ਤਾਂ ਸੱਚੀ ਆਹ ਕੀ ਕਹਿੰਦੇ ਟੌਪ ਟੂਪ ਜੇ ਜੀਨਾ ਜੂਨਾ ਜੀ ਉਹ ਪਹਿਣਗੀਆਂ ਹਾਂ ਫਿਰ ਉਹ ਲਿਆ ਤੂੰ ਹਾਲ ਹੋਵੇ ਨਾ ਬੰਦੇ ਨੂੰ ਇਹ ਜੀ ਰਹਿਣਾ ਪੈਂਦਾ ਚੱਲ ਕੋਈ ਨਾ ਪੁੱਤ ਤੇ ਉਹ ਲਿਆ ਫਿਰ ਤੂੰ ਉਹ ਤਾਂ ਸੀ ਸਨਾਮ ਜਾਂ ਪਟਿਆਲੇ ਤੋਂ ਲੈ ਕੇ ਆਵਾਂਗੇ ਬਰੇਟੇ ਕਿਹੜੇ ਮਿਲਦੀਆਂ ਨੇ ਪੈਂਟਾਂ ਚੱਜ ਦੀਆਂ ਚੱਲ ਉਹ ਤੁਹਾਡੀ ਮਰਜ਼ੀ ਦੇ ਕੀਤੀ ਹੈ ਨਾ ਮੈਂ ਤੈਨੂੰ ਹੋਰ ਕਹਿੰਦੀ ਹਾਂ ਆ ਜਿਹੜਾ ਮੈਂ ਤੈਨੂੰ ਖੁਆ ਖੁਆ ਕੱਢ ਕੇ ਦੇਵਾਂਗੀ ਨਾ ਕਿਤੇ ਉੱਥੇ ਅੰਗਰੇਜ਼ਾਂ ਨੇ ਮੈਨੂੰ ਨਾ ਖਵਾ ਦੇ ਹਾਂ ਮੰਮੀ ਅੰਗਰੇਜ਼ਾਂ ਨੂੰ ਤਾਂ ਖੁਆ ਕਦੇ ਦੇਖਿਆ ਵੀ ਨਹੀਂ ਹੋਣਾ ਨਾਲੇ ਵਧੀਆ ਗੱਲ ਹੈ ਜੇ ਮੈਂ ਅੰਗਰੇਜ਼ਾਂ ਨੂੰ ਖਵਾਉਂਗੀ ਮੇਰੀ ਦੋਸਤੀ ਪੈ ਜੂਗੀ ਲੈ ਹੋਰ ਕਹਿੰਦੇ ਦੋਸਤੀ ਪੈ ਜੂਗੀ ਤੇ ਕੱਢਣਾ ਇਹ ਤਾਂ ਪਤਾ ਕਿੰਨਾ ਮਹਿੰਗਾ ਦੁੱਧ ਹੈਗਾ ਚੰਗਾ ਮਤੇ ਕਿਲੋ ਦੁੱਧ ਹੈਗਾ ਨਹੀਂ ਦੀ ਮੈਂ ਕਿਸੇ ਨੂੰ ਅਸੀਂ ਨਾਲੇ ਉੱਥੇ ਤਾਂ ਊਟ ਪਟਾਂਗ ਨਹੀਂ ਖਾਣਾ ਅਸੀਂ ਤਾਂ ਆਪਦੀ ਰੋਟੀ ਪਕਾ ਕੇ ਖਾਇਆ ਕਰਾਂਗੇ ਸਿੰਪਲ ਨਾਲੇ ਮੇਰੀ ਗੱਲ ਸੁਣ ਲੈ ਆ ਪਰੌਂਠੇ ਪਰੌਂਠੇ ਜਾਂ ਉੱਥੇ ਬਣਾਉਣ ਬੈਠ ਜੀ ਕਿਉਂ ਹਾਂ ਜੇ ਕਹਿੰਦੇ ਰਸੋਈ ਦੇ ਵਿੱਚੋਂ ਨਾ ਕਿਚਨ ਚ ਧੂਆਂ ਤਾਂ ਆਦੇ ਸੀ ਜੇ ਪੁਲਿਸ ਫੜ ਕੇ ਲੈ ਜਾਂਦੀ ਹੈ ਨਾਲੇ ਹਾਂ ਮੰਮੀ ਪੁਲਿਸ ਦੀ ਗੱਲ ਕਹਿੰਦੀ ਲੈ ਕੇ ਜਾਂਦੀ ਪੁਲਿਸ ਤਾਂ ਆਉਂਦੀ ਹੁੰਦੀ ਹੈ ਦੇਖਣ ਵਾਸਤੇ ਵੀ ਕੋਈ ਲੋਕ ਕਿਤੇ ਮੁਸੀਬਤ ਚ ਤਾਂ ਨਹੀਂ ਹੈਗੇ ਅੱਗ ਉੱਗ ਤਾਂ ਨਹੀਂ ਲੱਗੀ
अच्छा, पर देशा पंजाब नहीं है। ਪਰ ਆਕਾਸ਼ ਨੂੰ ਐ ਕਹਿ ਦੇ ਵੀ ਪੰਜ ਚਾਰ ਸਿਰ ਘਿਓ ਲਿਓ ਜਿੰਨੇ ਦਾ ਤੁਸੀਂ ਪੰਜੀਰੀ ਲੈ ਕੇ ਜਾਣੀ ਆ ਮੈਂ ਲਾ ਦਿੰਨੀ ਆ ਸਨੇਹਾ ਆਹੋ ਹੁਣੀ ਲਾ ਕੇ ਕੋਈ ਨਾ ਮੈਂ ਵੀ ਕਹਿ ਕੇ ਆਉਣੀ ਆ ਪੁੱਤ ਦੁੱਧ ਨੂੰ ਹਾਂ ਹਾਂ ਬਈ ਵਧਾਈਆਂ ਤੇ ਤੈਨੂੰ ਵੀ ਵਧਾਵੇ ਰੱਬ ਹੋਰ ਯਾਰ ਨਾ ਕੋਈ ਗੱਲ ਨਹੀਂ ਪਾਰਟੀ ਤੈਨੂੰ ਕਰਕੇ ਜਾਊਂਗਾ ਕਿਤੇ ਨਹੀਂ ਜਾਂਦਾ ਮੈਂ ਇੱਕ ਦਿਨ ਪਹਿਲਾਂ ਸਾਰਿਆਂ ਨੂੰ ਪਾਰਟੀ ਕਰਾਂਗੇ ਹਾਂ ਉਹ ਤੈਨੂੰ ਤਾਂ ਮੈਂ ਆਈਫੋਨ ਲਾਇਆ ਸੀ ਯਾਰ ਆਪਾਂ ਚੱਲਾਂਗੇ ਬਠਿੰਡੇ ਕੱਪੜੇ ਕੁੱਪੜੇ ਲੈ ਆਵਾਂਗੇ ਨਾਲੇ ਨਾਲੇ ਬੂਟ ਬਾਟ ਲੈ ਆਵਾਂਗੇ ਵਧੀਆ ਉੱਥੇ ਵਧੀਆ ਮਿਲ ਜਾਂਦੇ ਆ ਬ੍ਰਾਂਡਡ ਠੀਕ ਹੈ हाँ तेरी भरजाई तो ले आऊगी फिर जाके मम्मी नाल जा उड़ूगी इतों बरेटे तो ले आऊगी हाँ तो नाले आईफोन जब गल कर ली उ चंगा आईफोन भी ले आवेंगे हमें लगे हथ ठीक है पार्टी की टेंशन ना मन सारे करा पार्टी अपना तू ब्रांड दसी कि पीना ठीक है चंगा दोस्त है काला सी अच्छा भरजाई तक जाके बरेटे तो ले आऊगी तो होर फिर हूँ ਕਿ ਤੂੰ ਵੀ ਬ੍ਰਾਂਡਡ ਲੈਣੇ ਆ ਨਾਲੇ ਕੋਈ ਕਾਲੇ ਪੀੜੇ ਨੂੰ ਨਾ ਲੁੱਤੀਆਂ ਲਾਉਣ ਦੀ ਲੋੜ ਨਹੀਂ ਹੈਗੀ ਅੱਲੇ ਜਾ ਕੇ ਕਿਹੜਾ ਕੱਪੜੇ ਲਿਆਂਦੇ ਜਾਂਦੇ ਹੈਗੇ ਪਾਰਟੀਆਂ ਕੇ ਕਿਹੜੀ ਪੀਣੀ ਐ ਲੈ ਬਾਹਰਲੇ ਦੇਸ਼ ਚੱਲੇ ਆ ਉਹਨੂੰ ਨੌਲੇਜ ਐ ਸਾਰੇ ਕੰਮ ਦੀ ਘੁੰਮਿਆ ਫਿਰਿਆ ਬੰਦਾ ਸਾਰੇ ਕਿਤੇ ਤੇ ਫਿਰ ਕਿਹੜੀ ਗੱਲ ਜੇ ਨਾਲ ਲੈ ਜਾਾਂਗੇ ਉਹਨੂੰ ਕੋਈ ਗੱਲ ਨਹੀਂ ਆਪਾਂ ਇਕੱਠੇ ਵਗ ਜਾਾਂਗੇ ਮੈਂ ਵੀ ਲੈ ਕੇ ਆਉਣੇ ਕੱਪੜੇ ਤੇ ਮਾਲ ਚੋਂ ਤੇ ਮੰਮੀ ਨੂੰ ਨਾਲ ਲੈ ਜੀ ਮੰਮੀ ਦੇ ਨਾਲੇ ਦਿਲ ਖੁਸ਼ ਹੋ ਜਾਊਗਾ ਉਹ ਮੰਮੀ ਨੂੰ ਮਾਲ ਚ ਕਿੱਥੇ ਲੈ ਕੇ ਜਾਊਂਗੀ ਏਡੀ ਦੂਰ ਮੈਂ ਚੱਲ ਕੋਈ ਗੱਲ ਨਹੀਂ ਤੂੰ ਵੀ ਨਾਲ ਚੱਲ ਬੜੀ ਜਿਹੜਾ ਦਿਲ ਕੀਤਾ ਨਾ ਉਹ ਲੈ ਆਵਾਂਗੇ ਮੈਂ ਇੱਕ ਦਿਨ ਬਾਅਦ ਜਾ ਕੇ ਲੈ ਆਊਂਗਾ ਕੋਈ ਗੱਲ ਨਹੀਂ ਨਾਲੇ ਆਈ ਹੋਈ ਫੋਨ ਨਹੀਂ ਲੈ ਕੇ ਆਉਣਾ ਪਤਾ ਕਿੰਨਾ ਮਹਿੰਗਾ ਹੁੰਦਾ ਹੈ ਮੈਨੂੰ ਤਾਂ ਲੱਗਦਾ ਤੁਹਾਡਾ ਜ਼ਮੀਨ ਚੱਕਣ ਦੀ ਸਲਾਹ ਬਣੀ ਬੈਠੀ ਹੈ ਤੇ ਚੱਕ ਲਾਂਗੇ ਇੱਥੇ ਕਿਹੜਾ ਬਾਅਦ ਮੁੜ ਲਾਂਗਾ ਮੰਮੀ ਨੇ ਵੀ ਉੱਥੇ ਆ ਜਾਣਾ ਕੁਝ ਨਹੀਂ ਹੁੰਦਾ ਜ਼ਮੀਨ ਕੀ ਚਟਣੀ ਹੈ ਇੱਥੇ ਚਟਣੀ ਨਹੀਂ ਹੈਗੀ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ ਨਾਲੇ ਜ਼ਮੀਨ ਨਾ ਵੇਚਣੀ ਸੌਖੀ ਹੈ ਬਣਾਉਣੀ ਬਹੁਤ ਔਖੀ ਹੈ ਆਕਾਸ਼ ਉੱਥੇ ਜਾ ਕੇ ਬਣਾ ਲਾਂਗੇ ਮਿਹਨਤ ਕਰਕੇ ਦੋਨੇ ਆਣੇ ਦਿਨ ਰਾਤ ਕੰਮ ਕਰਕੇ ਤੁਹਾਨੂੰ ਅਮਰੀਕਾ 'ਚ ਕਿਹੜੇ ਕੀਲੇ ਦੇਣਗੇ ਇੱਥੇ ਪੰਜਾਬ 'ਚ ਲਵਾਂਗੇ ਜ਼ਮੀਨ ਤਾਂ ਨਾਲੇ ਆਪਦੀ ਜ਼ਮੀਨ ਤਾਂ ਆਪਦੀ ਹੀ ਹੁੰਦੀ ਆ ਹੁਣ ਤੂੰ ਹੀ ਮਾਰੀ ਜਾਂਦੇ ਹੋ ਸਾਰੀ ਉਮਰ ਥੋੜੀ ਆਪਾਂ ਕੈਨੇਡਾ ਰਹਿਣਾ ਪੰਜਾਬ ਵੀ ਤਾਂ ਆਇਆ ਕਰਾਂਗੇ ਤੂੰ ਹੁਣ ਮੈਨੂੰ ਐਂ ਦੱਸ ਵੀ ਚੌਣੀ ਕੀ ਹੈ ਆ ਦੂਜੇ ਸੇਲ ਤੋਂ ਕੱਪੜੇ ਲੈ ਕੇ ਜਾਉਣਾ ਮੈਂ ਕਿਹਾ ਤਾਂ ਕਹਿੰਦੀ ਤੁਸੀਂ ਸੇਲ ਤੋਂ ਕੱਪੜੇ ਲੈ ਕੇ ਜਾਓ ਫੋਨ ਕੋਈ ਛੋਟਾ ਲੈ ਜਾਓ ਸੈਕਿੰਡ ਹੈਂਡ ਹਾਲੇ ਕੀ ਹੁੰਦਾ ਜਦੋਂ ਆਪਾਂ ਕਮਾਉਣ ਲੱਗ ਗਏ ਨਾ ਕਾਸ਼ ਆਪਦੀ ਕਮਾਈ ਦਾ ਲੈ ਕੇ ਜਾਵਾਂਗੇ ਨਾਲੇ ਮੈਨੂੰ ਪਤਾ ਹੁਣ ਮੰਮੀ ਵੀ ਟੈਨਸ਼ਨ 'ਚ ਰਹੂਗੀ ਵੀ ਇੰਨੇ ਰੁਪਏ ਕਰਜ਼ਾ ਚੜਾ ਗਏ ਉਹ ਵੀ ਤਾਂ ਆਪਾਂ ਹੀ ਲਾਉਣਾ ਫਿਰ ਨਾਲੇ ਟਿਕਟ ਦੇ ਪੈਸੇ ਆਪਣੇ ਲੱਗਣਗੇ ਇਹ ਨਾ ਭੁੱਲੋ ਟਿਕਟ ਦੇ ਕਿੰਨੇ ਕੁ ਲੱਗਣਗੇ ਯਾਰ 3 ਕੁ ਲੱਖ ਰੁਪਏ ਲੱਗੂਗਾ ਦੋਵਾਂ ਦਾ ਕੋਈ ਗੱਲ ਨਹੀਂ ਫੜ ਲਾਂਗੇ ਜਿਹੜਾ ਬਾਹਰ ਖਰਚਾ ਹੋਊਗਾ ਜੀ ਉਹ ਵੀ ਆਪਣਾ ਹੀ ਹੋਊਗਾ ਕਿੰਨਾ ਕੁ ਲੱਗੂਗਾ ਸਾਡੇ ਨਾਲ ਲੱਗੂ ਇਹ ਨਾ ਉਹ ਨਹੀਂ ਹੈਗਾ ਪੰਜਾਬ ਉੱਥੇ ਵੀ 7 ਰੁਪਏ ਦਾ ਸਮੋਸਾ ਖਾ ਕੇ ਢਿੱਡ ਭਰ ਜੂ ਇਹ ਤਾਂ ਤੇਰੀ ਗੱਲ ਸਹੀ ਹੈ ਬਸ ਫਿਰ ਨਾਲੇ ਜੇ ਕੰਮ ਕਰਾਂਗੇ ਤਾਂ ਰੋਟੀ ਮਿਲਦੀ ਆ ਉੱਥੇ ਐਵੇਂ ਨਹੀਂ ਹੈਗਾ ਤੁਹਾਡੇ ਵਾਂਗੂ ਵੀ ਅੱਜ ਛੁੱਟੀ ਮਾਰ ਲਈ ਕੱਲ ਨੂੰ ਫੇਰ ਛੁੱਟੀ ਮਾਰ ਲਈ ਤੇਰੇ ਵਰਗਾ ਨਹੀਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਮੁੰਡੇ ਨਾਲ ਦੁਬਾਰੇ ਉਹ ਕਹਿੰਦਾ ਆ ਜਾਓ ਇੱਥੇ ਆਉਣ ਸਾਰ ਹੀ ਕੰਮ ਤੇ ਲੱਗਣਾ ਬਾਬਾ ਗੁਰੂ ਪੇਮੈਂਟ ਤਾਂ 1 ਮਹੀਨਾ ਬਾਅਦ ਆਊਗੀ ਨਾ ਜਦੋਂ ਪੇਮੈਂਟ ਆ ਗਈ ਤੁਸੀਂ ਪਹਿਲੀ ਪੇਮੈਂਟ ਤਾਂ ਫੋਨ ਲੈ ਲਿਓ ਮੈਂ ਨਹੀਂ ਹਟਾਉਂਦੀ ਨਾਲੇ ਪੈਸੇ ਆਪਾਂ ਘਰੇ ਵੀ ਭੇਜਿਆ ਕਰਾਂਗੇ ਐ ਨਹੀਂ ਹੈਗਾ ਵੀ ਉੱਥੇ ਐਸ਼ ਪ੍ਰਸਤੀਆਂ ਕਰਕੇ ਉਡਾਈਗੇ ਪੈਸੇ ਸਾਰੇ ਚੱਲ ਠੀਕ ਆ ਫਿਰ ਜਿਵੇਂ ਤੂੰ ਕਹੇਂਗੀ ਉਵੇਂ ਹੀ ਕਰ ਲੂੰਗਾ ਆਹੋ ਕੱਪੜੇ ਜਿਹੜੇ ਮਰਜ਼ੀ ਲੈ ਆਓ ਮੈਂ ਤੁਹਾਨੂੰ ਹਟਾਉਂਦੀ ਨਹੀਂ ਹੈਗੀ ਠੀਕ ਹੈ ਤੂੰ ਵੀ ਚੱਲ ਬਣੀ ਤਿਆਰ ਹੋ ਜੀ ਤੇ ਲੈ ਆਵਾਂਗੇ ਆਪਾਂ ਜਾ ਕੇ ਮਾਲ 'ਚ ਕੱਪੜੇ ਕੋਈ ਗੱਲ ਨਹੀਂ ਨਾਲੇ ਸੱਚ ਮੇਰੀ ਗੱਲ ਸੁਣੋ ਮੈਂ ਦੱਸਣਾ ਭੁੱਲ ਗਈ ਬੇਬੇ ਨੇ ਸਨੇਹਾ ਲਾਇਆ ਤੇ ਆ ਥਾਂ ਆਪਣਾ ਮੰਡੀ ਉਹ ਨਾ ਉਹ ਫੜ ਕੇ ਲਿਆਓ ਦੇਸੀ ਕਿਉ 5-4 ਕਿਲੋ ਦੇਸੀ ਕਿਉ ਪੰਜੀਰੀ ਬਣਾਉਣੀ ਹੈ ਹਾਂ ਉਹ ਤਾਂ ਮੈਂ ਸਮਝ ਗਿਆ ਲੈ ਜਾਾਂਗੇ ਨਾਲ ਵਧੀਆ ਉੱਥੇ ਨਾਲ ਕੰਮ ਕਰਦੇ ਖਾਇਆ ਕਰਾਂਗੇ ਨਾਲ ਮੰਮੀ ਦੀ ਯਾਦ ਆਇਆ ਕਰੂ ਖਾਂਦੇ ਖਾਂਦੇ ਨਾਲੇ ਐ ਵੀ ਕਿ ਹਾਂ ਮੰਮੀ ਨੇ ਵੀ ਕਿਸੇ ਨੂੰ ਖਵਾਉਣਾ ਨਹੀਂ ਹੈਗਾ ਅੰਗਰੇਜ਼ਾਂ ਅੰਗਰੂਜ਼ਾਂ ਨੂੰ ਖਵਾ ਨਾ ਜਦੋਂ ਕਿਸੇ ਨਾਲ ਲਿਆਜ ਪਊਗੀ ਉਦੋਂ ਮਾੜਾ ਮੋਟਾ ਖਵਾ ਲਾਂਗੇ ਚਲੋ ਤੁਸੀਂ ਐ ਕਰੋ ਜਾਓ ਚੱਲ ਕੋਈ ਨਹੀਂ ਕਿਉਂ ਲੈ ਕੇ ਆਓ ਕਾਜੂ ਬਦਾਮ ਸਾਰਾ ਕੁਝ ਲੈ ਆਓ ਉਹਨੂੰ ਪੰਸਾਰੀ ਦੁਕਾਨ ਤੇ ਸਭ ਪਤਾ ਹੁੰਦਾ ਵੀ ਪੰਜੀਰੀ 'ਚ ਕੀ ਕੁਝ ਪੈਂਦਾ ਮੈਂ ਤੁਹਾਨੂੰ ਐ ਕਹਿ ਦੂੰਗਾ ਪੰਜੀਰੀ ਦਾ ਸਮਾਨ ਦੇ ਦੇ ਦੁੱਧ ਕਿਉਂ ਜਿੰਨਾ ਜਿੰਨਾ ਚਾਹੀਦਾ ਉਹ ਮੈਨੂੰ ਦੱਸ ਦਿਓ ਤੇ ਬਾਕੀ ਸਾਰਾ ਸਮਾਨ ਉੱਥੋਂ ਲੈ ਆਉਂਗਾ ਹਾਂ ਹਾਂ ਕੋਈ ਨਾ ਲੈ ਆਓ ਦੁੱਧ ਨਹੀਂ ਚਾਹੀਦਾ ਆਪਾਂ ਨੂੰ ਕਿਉਂ ਦੁੱਧ ਤਾਂ ਆਪਾਂ ਉਹਨਾਂ ਦੇ ਕਹਿ ਲਾਂਗੇ ਜਿੱਦੇ ਲੱਗਿਆ ਹੋਇਆ ਉਹ ਡੇਰੀ 'ਚ ਨਾ ਪਾਉਣਗੇ ਕਦੇ ਚੱਲ ਠੀਕ ਹੈ ਫਿਰ ਚੰਗਾ ਬਾਕੀ ਜੇ ਕੋਈ ਹੋਰ ਲੋੜ ਹੋਈ ਫੋਨ ਕਰ ਦੀ ਕੱਪੜੇ ਨਾ ਖਰੀਦਣ ਵੇ ਜੇ ਨਾਲੇ ਕੱਪੜੇ ਇਕੱਠੇ ਲਿਆਵਾਂਗੇ ਲੈ ਮੈਨੂੰ ਤਾਂ ਲੱਗਦਾ ਕਾਸ਼ ਘਰ ਹੀ ਨਹੀਂ ਹੈਗੇ ਕੋਈ ਨਾ ਇੱਥੇ ਗਿਆ ਹੋਊਗਾ ਉਹ ਵੀ ਆਪਣੀ ਤਿਆਰੀ ਕਰਦਾ ਚੱਲ ਬੇਬੇ ਭਿੰਦਰ ਤੋਂ ਮੰਮੀ ਉਹਨਾਂ ਨੂੰ ਜਮੀ ਸ਼ਰਮ ਨਹੀਂ ਹੈਗੀ ਵੀ ਅਸੀਂ ਉਹ ਤਾਂ ਦੋਹੇ ਜਣੀਆਂ ਘਰੇ ਹੈ ਨਹੀਂ ਵੀ ਬੰਦਾ ਆਪ ਤਾਂ ਘਰੇ ਖੜ ਜੇ ਚੱਲ ਕੋਈ ਨਾ ਪੁੱਤ ਨਾਲੇ ਇੱਕ ਗੱਲ ਹੋਰ ਹੈ ਸਾਰਾ ਬਰੇਟਾ ਘੁੰਮ ਗਿਆ ਮੇਰੀ ਤਾਂ ਲੱਤ ਦੁਖਣ ਲਾਤੀ ਆਪਣੀ ਮਾਵਾਂ ਧੀਆਂ ਦੀ ਪਸੰਦ ਇੱਕੋ ਹੀ ਹੈ
ਮੰਮੀ ਮੇਰੀ ਤਾਂ ਇਹੋ ਜਿਹੀ ਪਸੰਦ ਹੈ ਸ਼ੁਰੂ ਤੋਂ ਮੇਰੀ ਮੰਮੀ ਵੀ ਮੈਨੂੰ ਇਹੀ ਕਹਿੰਦੀ ਹੁੰਦੀ ਸੀ ਕਹਿੰਦੇ ਤਾਂ ਮਾਸਾ ਹੀ ਕੋਈ ਚੀਜ਼ ਪਸੰਦ ਕਰਦੀ ਹੋਰ ਆਪਾਂ ਤਾਂ ਮਾਵਾਂ ਤੀਆਂ ਦੀ ਇੱਕੋ ਹੀ ਗੱਲ ਆ ਤੇ ਨਾਲ ਮੈਂ ਤੈਨੂੰ ਹੋਰ ਕਹਿੰਦੀ ਆ ਹੂੰ ਹਾਂ ਸੂਟ ਸਮਿਆਲ ਹੈ ਮੈਂ ਮੇਚੇ ਵਾਲਾ ਸੂਟ ਦਿੰਨੀ ਆ ਤੁਸੀਂ ਭੱਜ ਕੇ ਫੜਾਇਆ ਉਹ ਬਾਕੀ ਮੈਂ ਪੁਰਾਣੇ ਸੂਟ ਲੈ ਜੂੰਗੀ ਆਹੋ ਆਹੋ ਉਹ ਤਾਂ ਨਾ ਤੇ ਬਾਕੀ ਜੀਨ ਟਾਪ ਚੰਗਾ ਹੋਰ ਫਿਰ ਉਹਦਾ ਕੋਈ ਇਕੱਠ ਵੀ ਬਾਹਲਾ ਹੁੰਦਾ ਕੱਪੜੇ ਕੁੱਪੜੇ ਆਈਆਂ ਦਾ ਭੀੜ ਭੂੜ ਤਾਂ ਕੁਛ ਨਹੀਂ ਹੁੰਦੀ ਉਹਦੇ ਲਵੇ ਆਪਾਂ ਕਹਿ ਦਾਂਗੇ ਭਈ ਸਾਡਾ ਜ਼ਰੂਰੀ ਹੈ ਸਾਡਾ ਇੱਕ ਸੂਟ ਸਿਉਂਦੇ ਐ ਤਾਂ ਕਦਾਂ ਵਿੱਚ ਦੀ ਕਰ ਦੂਗੀ ਗੱਲ ਕਰ ਉਹਦੇ ਕੋਲ ਕੱਪੜੇ ਬਾਲੇ ਆਉਂਦੇ ਆ ਬਾਰੀ ਵੀ ਮਸਾ ਮਿਲਦੀ ਆ ਕੋਈ ਗੱਲ ਨਹੀਂ ਹੁਣ ਅਸੀਂ ਐ ਕਰਾਂਗੇ ਹਾਂ ਤੇ ਤੜਕੇ ਵਗ ਜਾਾਂਗੇ ਪਟਿਆਲੇ ਜਾ ਜਿੱਥੇ ਵੀ ਜਾਣਾ ਹੋਇਆ ਕੱਪੜੇ ਲੈਣ ਆਕਾਸ਼ ਨੂੰ ਪੁੱਛ ਲੂੰਗੀ ਦੂਜੇ ਆਵਾਂਗੇ ਨਾਲੇ ਤਾਂ ਹੋਰ ਗਰਮ ਕੱਪੜੇ ਉਧਰ ਤਾਂ ਠੰਡ ਵੀ ਹੁੰਦੀ ਆ ਫਿਰ ਠੰਡ ਜ਼ਿਆਦਾ ਉਧਰ ਪੱਤਾ ਗਰਮ ਕੱਪੜੇ ਲੈ ਕੇ ਆਉਣੇ ਪੈਣਗੇ ਹੋਰ ਕੱਪੜੇ ਜਿਹੜੇ ਤਾਂ ਸਾਰਾ ਆਪਦੇ ਕੋਲ ਇੰਤਜ਼ਾਮ ਤਾਂ ਚਾਹੀਦਾ ਹੀ ਆ ਹੈ ਮੈਂ ਤਾਂ ਕਹਿੰਦੇ ਸਨਾਮ ਮੋਲੇ ਆਈ ਸਨਾਮ ਦੇਖ ਲਾਂਗੇ ਕੋਈ ਸਨਾਮ ਬਾਲੇ ਸੋਹਣੇ ਮਿਲਦੇ ਨੇ ਪੁੱਤ ਮੈਨੂੰ ਪਤਾ ਕਈ ਵਾਰੀ ਮੈਂ ਦੁਕਾਨ ਦੁਕਾਨ ਤੇ ਖੜੀ ਹੁੰਨੀ ਆ ਤੇ ਉਦੋਂ ਇੰਨੇ ਇੰਨੇ ਸੋਹਣੇ ਸੂਟ ਕੱਢ ਕੇ ਛੱਡਦੇ ਨੇ ਉਹ ਕੁੜੀਆਂ ਵਾਲੇ ਆ ਟੌਪ ਟੂ ਜਿੰਨਾ ਜੁੰਨਾ ਜੀਆਂ ਵਾਲੀਆਂ ਸੋਹਣੇ ਸੋਹਣੇ ਲੱਗਦੇ ਨੇ ਦੇਖ ਲੈ ਮੰਮੀ ਆਹ ਵੀ ਗੇਟ ਖੁੱਲਾ ਪਿਆ ਇਹਦਾ ਬੰਦੇ ਦਾ ਕੀ ਬਣੂਗਾ ਮੈਨੂੰ ਤਾਂ ਸਮਝ 'ਚ ਨਹੀਂ ਆਉਂਦੀ ਪੁੱਤ ਤਾਂ ਮੇਰੀ ਗੱਲ ਸੁਣ ਲੈ ਉਹ ਤਾਂ ਖੁਸ਼ੀਆਂ ਦੇ ਵਿੱਚ ਸਭ ਕੁਝ ਹੀ ਭੁੱਲਿਆ ਖੜਾ ਹੈਗਾ ਹੁਣ ਤਾਂ ਚਾਹ ਹੀ ਇੰਨਾ ਵਾਲਾ ਜ਼ਿਆਦਾ ਹੋਇਆ ਪਿਆ ਹੈਗਾ ਲੱਗਦੇ ਅੱਧੇ ਮਿੰਟ ਨੂੰ ਖੁਸ਼ਖਬਰੀ ਦੇ ਆਵੇ ਉਹ ਮੈਨੂੰ ਤਾਂ ਲੱਗਦਾ ਹੈ ਆਹੀ ਕੰਮ ਵਾਸਤੇ ਹੋ ਗਿਆ ਹੈਗਾ ਵੀ ਚਲ ਉਹ ਤਾਂ ਸ਼ਹਿਰ ਬਾਗੀ ਆ ਬਰੇਟੇ ਤੇ ਵੀ ਮੈਂ ਚੱਲ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਦਾ ਵਾਂ ਆਇਆ ਮੈਨੂੰ ਤਾਂ ਹੀ ਲੱਗਦਾ ਚੱਲ ਕੋਈ ਨਾ ਮੰਮੀ ਐ ਕਰੋ ਫਿਰ ਜੇ ਥੋੜੀ ਜਿਹੀ ਚਾਹ ਬਣਾ ਲਓ ਨਾ ਚੱਲ ਕੋਈ ਨਾ ਪੁੱਤ ਮੈਂ ਬਣਾ ਲੈਣੀ ਬਣਾ ਲਓ ਮੜੀ ਜੀ ਮੈਂ ਤਾਂ ਨਾ ਸਿਰ ਬਾੜਾ ਦੁਖੀ ਜਾਂਦਾ ਕੋਈ ਨਾ ਸਿਰ ਤਾਂ ਮੇਰਾ ਵੀ ਭਾਈ ਦੁਖਣ ਲੱਗ ਗਿਆ ਕਿ ਲੱਤ ਦੁਖਣ ਲੱਗ ਗਈ ਕੀ ਕਰਾਂ ਚੰਗਾ ਅਲੇ ਕਾਸ਼ ਨੂੰ ਫੋਨ ਕਰੂੰਗੀ ਫਿਰ ਲਪ੍ਰੀਤ ਸਾਰੇ ਰਿਸ਼ਤੇਦਾਰਾਂ ਚ ਲਾਤੇ ਪੁੱਤ ਫੋਨ ਸਾਰੇ ਕਿਤੇ ਲਾਤੇ ਭੂਆ ਲਾਈ ਜਾਂਦੀ ਆ ਅੱਛਾ ਚੱਲ ਇਹ ਤਾਂ ਵਧੀਆ ਕੀਤਾ ਮੈਂ ਤਾਂ ਤੈਨੂੰ ਭੂਆ ਵਾਸਤੇ ਕਹਿਣਾ ਸੀ ਹੈਲੋ ਸਤਿ ਸ਼੍ਰੀ ਅਕਾਲ ਭੂਆ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਹਾਂਜੀ ਤਾਂ ਹੀ ਲਾਇਆ ਸੀ ਮੈਂ ਵੀ ਫੋਨ ਨਾ ਨਾ ਭੁੱਲੇ ਦਾ ਕਾਹਨੂੰ ਆ ਲੈ ਭੂਆ ਨੂੰ ਕਿਵੇਂ ਭੁੱਲ ਸਕਦੇ ਆ ਭਾਈ ਹਾਂ ਪਰਸੋਂ ਦੀ ਫਲਾਈਟ ਹੈ ਸਾਡੀ ਬਸ ਸਵੇਰੇ ਨਿਕਲ ਜਾਂਗੇ ਹਾਂ ਆ ਜਾਇਓ ਫਿਰ ਅੱਜ ਟਾਈਮ ਨਾਲ ਤੁਸੀਂ ਹਾਂ ਭੂਆ ਫਿਰ ਤੁਹਾਨੂੰ ਪਤਾ ਹੀ ਆ ਫਿਰ ਟਾਈਮ ਘੱਟ ਸੀ ਨਾ ਹੁਣ ਥੋੜ੍ਹੇ ਦਿਨਾਂ ਦਾ ਵੀਜ਼ਾ ਆਇਆ ਨਹੀਂ ਤਾਂ ਅਸੀਂ ਆ ਵੀ ਜਾਂਦੇ ਮਿਲਣ ਹਾਂ ਵੀਰੇ ਹੋਰਾਂ ਨੂੰ ਲੈ ਆਇਓ ਕੋਈ ਨਾ ਹਾਂ ਸਾਰੇ ਆ ਜਾਇਓ ਚੰਗਾ ਨਾਲੇ ਇਹਨੂੰ ਕਹਿ ਦੇ ਕਤਾਰਾ ਤੂੰ ਵਾਸਤੇ ਗਵਾਂਢਣ ਨੂੰ ਕਹੇ ਤਾਂ ਮੈਂ ਸਦਾ ਬਹਾਨਾ ਲਾ ਦਿੰਦੀ ਆ ਵੀ ਮੇਰਾ ਹੱਥ ਪਈ ਹੋਈ ਆ ਰਹਿ ਜਿਓ ਅੱਜ ਤਾਂ ਸਵੇਰੇ ਅੱਛਾ ਚਲੋ ਕੋਈ ਗੱਲ ਨਹੀਂ ਤੁਸੀਂ ਦੇਖ ਲਓ ਇੱਕ ਵਾਰ ਆਜੂ ਰੱਖ ਤਾਂ ਅਸੀਂ ਆਪੇ ਲਾਵਾਂਗੇ ਚੰਗਾ ਭੂਆ ਚੱਲ ਭੂਆ ਨੂੰ ਵੀ ਹੋ ਗਿਆ ਫੋਨ ਹੋਰ ਕੋਈ ਰਿਸ਼ਤੇਦਾਰੀ ਰਹਿ ਗਈ ਆਪਣੀ ਬਸ ਰਿਸ਼ਤੇਦਾਰੀ ਤਾਂ ਬਾਕੀ ਤਾਂ ਤੂੰ ਕਹਿੰਦੀ ਮੈਂ ਕਰਤਾ ਸਾਰਿਆਂ ਨੂੰ ਕਰਤਾ ਵੈਸੇ ਮੈਂ ਤਾਂ ਆਪਦੇ ਹਿਸਾਬ ਨਾਲ ਚੱਲ ਦੇਖ ਲੈ ਚੱਲ ਦੇਖੀ ਜਾਊਗੀ ਜੇ ਕੋਈ ਆਉਣਾ ਹੋਇਆ ਆ ਬਾਹਰ 'ਚ ਕੌਣ ਖੜੇ ਹੈ ਕੌਣ ਹੈ ਜੀ ਅੰਦਰ ਹੀ ਆ ਜਾਓ ਲੈ ਲੈ ਪ੍ਰੀਤ ਬਾਪੂ ਤੁਸੀਂ ਤੇਰਾ ਬਾਪੂ ਤਾਂ ਆ ਗਿਆ ਦੇਖ ਲੈ ਪੁੱਤ ਤੇਰੇ ਬਾਪੂ ਨੂੰ ਇੰਨਾ ਚਾਹ ਵੀ ਮੇਰੀ ਧੀ ਦੇ ਬਾਹਰ ਆਣਾ ਸਤਿ ਸ੍ਰੀ ਅਕਾਲ ਕਿਵੇਂ ਬਾਪੂ ਠੀਕ ਹੋ ਠੀਕ ਬੈਠੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇਖ ਲਓ ਮੰਮੀ ਕਹਿੰਦੇ ਹੁੰਦੇ ਨੇ ਆਪਦਾ ਬਾਪ ਤਾਂ ਬਾਪ ਹੀ ਹੁੰਦਾ ਹਾਂ ਦੇਖ ਲੈ ਆਪਦੀ ਧੀ ਨੂੰ ਮਿਲਣ ਦੀ ਇੰਨੀ ਕਾਹਲੀ ਹੋ ਗਈ ਹੋਰ ਕਿੰਨੀ ਖੁਸ਼ੀ ਹੋਰ ਕੱਲੇ ਹੀ ਆ ਗਏ ਮੰਮੀ ਨਹੀਂ ਆਈ ਕੱਲੇ ਕਾਹਨੂੰ ਆਇਆ ਪੁੱਤ ਕੀ ਗੱਲ ਹੋਈ ਹੈ ਗੱਲ ਦੱਸੋ ਤੁਸੀਂ ਕਦੋਂ ਹੋ ਜਾਂਦੇ ਹੋ ਕੀ ਗੱਲ ਹੋ ਗਈ ਗੱਲ ਕੀ ਦੱਸਾਂ ਪੁੱਤ ਤੇਰੀ ਭਰਜਾਈ ਨੇ ਤੇ ਭਰਾ ਨੇ ਸਾਨੂੰ ਦੋਨਾਂ ਨੂੰ ਕੁੱਟਿਆ ਹਾਏ ਮੈਂ ਮਰ ਜਾ ਕਿੰਨਾ ਮਾੜਾ ਕੰਮ ਕਰਿਆ ਧੱਕੇ ਮਾਰੇ ਤੇ ਤੇਰਾ ਭਰਾ ਮੇਰੀ ਦਾੜੀ ਫੜ ਤੱਕ ਆਇਆ ਤੀ ਇਹ ਕਿਵੇਂ ਹੋ ਸਕਦਾ ਬਾਪੂ ਜੀ ਪਹਿਲਾਂ ਤਾਂ ਵੀਰੇ ਤੇ ਭਾਬੀ ਨੇ ਕਦੇ ਇਹੋ ਜਿਹਾ ਕੁਝ ਕੀਤਾ ਨਹੀਂ ਕੋਈ ਗੱਲ ਵੀ ਹੋਈ ਹੋਣੀ ਸਾਨੂੰ ਕਹਿੰਦੇ ਵਿਹਲੇ ਬੈਠੇ ਖਰਚਾ ਖਾਂਦੇ ਕੋਈ ਕੰਮ ਨਹੀਂ ਕਰਦੇ ਤੁਸੀਂ ਜਾਂ ਨਿਕਲ ਜਾਓ ਜਿੱਧਰ ਨਿਕਲਣਾ ਲੈ ਦੇਖ ਲੈ ਬੰਨਿਆ ਰੁੰਨਿਆ ਘਰ ਹਨਾ ਦੇਖ ਲੈ ਮਾਂ ਬਾਪ ਨਾਲ ਤਾਂ ਮਗਰੋਂ ਆਈ ਮਿਲਦੇ ਨੇ ਤੱਕੇ ਮਨ ਨਾ ਖਰਾਬ ਕਰੋ ਕੋਈ ਨਾ ਨਾਲੇ ਮੇਰੀ ਗੱਲ ਸੁਣੋ ਲੜਾਈ ਪੜਾਈ ਤਾਂ ਹਰੇਕ ਦੇ ਘਰੇ ਹੁੰਦੀ ਆ ਤੁਸੀਂ ਤੁਹਾਨੂੰ ਐਵੇਂ ਨਹੀਂ ਆਉਣਾ ਚਾਹੀਦਾ ਸੀਗਾ ਧੀਏ ਸਾਨੂੰ ਸੱਚੋਂ ਬਿਨਾ ਹੋਰ ਕੋਈ ਘਰ ਨਹੀਂ ਦਿਸਿਆ ਮੈਂ ਤਾਂ ਅੱਗਾ ਮੇਰੀ ਧੀ ਕੁੜੀ ਜਾ ਵਰਦਾ ਬਾਪੂ ਜੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਆਪਦਾ ਘਰ ਹੈ ਮੰਮੀ ਕਿੱਥੇ ਨਾਲੇ ਮੰਮੀ ਤੇਰੀ ਮੈਂ ਕਿਹਾ ਸੀ ਅੰਦਰ ਨੰਗਾ ਕਹਿੰਦੀ ਮੈਨੂੰ ਤਾਂ ਸ਼ਰਮ ਆਉਂਦੀ ਹੈ ਬਾਹਰ 'ਚ ਹੀ ਖੜੀ ਹੈ ਮੰਮੀ ਹਾਂ ਇੱਕ ਮਿੰਟ ਬਾਪੂ ਮੈਂ ਮੰਮੀ ਲੈ ਕੇ ਆਉਂਦੀ ਹਾਂ ਜਾ ਪੁੱਤ ਬੁਲਾ ਕੇ ਲੈ ਕੇ ਆ ਇੱਥੇ ਕਾਹਤੋਂ ਖੜ ਗਏ ਮੰਮੀ ਅੰਦਰ ਨਹੀਂ ਆਉਣਾ ਮੰਮੀ ਅੰਦਰ ਆ ਜਾਓ ਕਿਹੜੇ ਮੂੰਹ ਨਾਲ ਪੁੱਤ ਅੰਦਰ ਆਵਾਂ ਮੈਂ ਤੇਰੇ ਨਾਲ ਥੋੜ੍ਹਾ ਕੁਛ ਕੀਤਾ ਗਾ ਮੰਮੀ ਜਿਹੜਾ ਕੁਛ ਹੋਣਾ ਸੀ ਪਹਿਲਾਂ ਹੋ ਗਿਆ
ਨਾਲੇ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਸੀ ਵੀ ਇਹਨਾਂ ਮੁਸੀਬਤਾਂ ਦੇ ਵਿੱਚ ਨਾ ਆਪਦਾ ਹੀ ਖੂਨ ਕੰਮ ਆਉਂਦਾ ਹੁੰਦਾ ਨਾਲੇ ਸੁੱਖ ਵੇਲੇ ਨਾ ਸਹੀ ਦੁੱਖ ਵੇਲੇ ਤਾਂ ਮੈਂ ਕੰਮ ਆਊਂਗੀ ਜ਼ਰੂਰ ਤੇਰੇ ਚੱਲ ਮੈਂ ਅੰਦਰ ਆ ਜਾ ਮੈਨੂੰ ਮਾਫ਼ ਕਰ ਦੇ ਪੁੱਤ ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਕੋਈ ਗੱਲ ਨਹੀਂ ਕਦੇ ਵੀ ਦਿਲ ਹਲਕਾ ਨਹੀਂ ਕਰਨਾ ਆਪਣਾ ਠੀਕ ਹੈ ਨਾਲੇ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਣਾ ਤੁਸੀਂ ਅੰਦਰ ਆਓ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਬੈਠੋ ਬਹਿ ਜਾਓ ਮੰਮੀ ਆਕਾਸ਼ ਕਿੱਥੇ ਨੇ ਅੰਦਰ ਹੀ ਹੋ ਪੁੱਤ ਆਕਾਸ਼ ਬਾਪੂ ਹੁਣ ਮੰਮੀ ਮਾੜੇ ਸਮਝਾ ਦਿਓ ਨਾ ਡੈਡੀ ਨੂੰ ਆਈ ਮਨ ਖਰਾਬ ਕਰੀ ਜਾਂਦੇ ਨੇ ਆਪਣਾ ਹੁਣ ਚੁੱਪ ਵੀ ਕਰ ਜਾ ਇੱਥੇ ਰੋਂਦਾ ਚੰਗਾ ਥੋੜੀ ਲੱਗਦਾਗਾ ਹੋਰ ਤੇਰੇ ਪਿੰਡ ਵਾਗ ਚੱਲਦੇ ਉੱਥੇ ਕਿਹੜਾ ਇੱਕ ਦਿਨ ਰੱਖ ਲੈਣਗੇ ਉਹ ਕੀ ਗੱਲ ਹੋ ਗਈ ਲੱਪੇ ਚਲੋ ਵੀਰ ਜੀ ਦੇਖੋ ਚੁੱਪ ਕਰੋ ਤੁਸੀਂ ਰੋਜ਼ ਤਾਂ ਹੁਣ ਕੁਛ ਨਹੀਂ ਬਣਦਾ ਠੀਕ ਹੈ ਤੁਸੀਂ ਮਨ ਕਰਡਾ ਕਰੋ ਚੁੱਪ ਕਰ ਜਾਓ ਉੱਥੇ ਵੀਰੇ ਤੇ ਭਾਬੀ ਨੇ ਨਾ ਮੰਮੀ ਡੈਡੀ ਨੂੰ ਬਾਹਰ ਕੱਢਤਾ ਘਰੋਂ ਬਹੁਤ ਲੜਾਈ ਹੋਈ ਹੈ ਦੇਖ ਲੈ ਪੁੱਤ ਘਰੋਂ ਬਾਹਰ ਕੱਢਤਾ ਬਾਪੂ ਜੀ ਕੀ ਗੱਲ ਹੋਈ ਹਾਂ ਪੁੱਤ ਬਸ ਉਹੀ ਖਾਮ ਖਾਈ ਕਹਿੰਦੇ ਤੁਸੀਂ ਘਰੇ ਬੈਠੇ ਖਰਚਾ ਖਾਂਦੇ ਹੋ ਹੁਣ ਕਿਤੇ ਕਿਧਰੇ ਭਾਗ ਜਾਂਦੇ ਕਿਤੇ ਕਿਧਰੇ ਭਾਗ ਜਾਂਦੇ ਹੋ ਹੁਣ ਤੁਸੀਂ ਕਹਿੰਦਾ ਨਿਕਲ ਜਾਓ ਸਾਡੇ ਘਰੋਂ ਮੇਰੀ ਗੱਲ ਸੁਣੋ ਤੁਸੀਂ ਪੁਲਿਸ 'ਚ ਕੰਪਲੇਨ ਕਿਉਂ ਨਹੀਂ ਕੀਤੀ ਬਾਪੂ ਜੀ ਮਾਲਕ ਤਾਂ ਤੁਸੀਂ ਹੋ ਸਾਰੇ ਕਾਸੇ ਦੇ ਐਡੀ ਵੱਡੀ ਕੋਠੀ ਤੁਸੀਂ ਪਾ ਕੇ ਦੇਤੀ ਇੰਨੇ ਕਿੱਲੇ ਜ਼ਮੀਨ ਬਣਾ ਕੇ ਦੇਤੀ ਹੋਰ ਉਹਨਾਂ ਨੂੰ ਚਾਹੀਦਾ ਕੀ ਆ ਐ ਤਾਂ ਧੀ ਅਸੀਂ ਸਭ ਕੁਝ ਜਾਣਦੇ ਆ ਪਰ ਮੁੰਡਾ ਵੀ ਬਹੁਤ ਦੇ ਮਗਰ ਲੱਗ ਗਿਆ ਕਹਿੰਦਾ ਹੁਣ ਤੁਹਾਨੂੰ ਬੇਲਾ ਨੂੰ ਨਹੀਂ ਖਵਾ ਸਕਦਾ ਕਿਉਂਕਿ ਹੁਣ ਸਾਥੋਂ ਕੰਮ ਨਹੀਂ ਹੁੰਦਾ ਤਾਂ ਕਰਕੇ ਕਮਾਲ ਹੋ ਗਈ ਬਾਪੂ ਹੁਣ ਸਾਰੀ ਉਮਰ ਥੋੜੀ ਤੂੰ ਕਮਾ ਕੇ ਦੇਗਾ ਉਹਨਾਂ ਨੂੰ ਹੱਕ ਤਾਂ ਉਹਨਾਂ ਦਾ ਬਣਦਾ ਹੋਰ ਦੱਸ ਹੁਣ ਤੁਹਾਨੂੰ ਕੌਣ ਰੱਖੂਗਾ ਬਾਪੂ ਸਹੀ ਗੱਲ ਹੈ ਇਹਨਾਂ ਦੀ ਹੁਣ ਉਹਨਾਂ ਦਾ ਹੱਕ ਬਣਦਾ ਵੀ ਉਹ ਕਮਾਉਣ ਤੇ ਤੁਸੀਂ ਵਿਹਲੇ ਵਹਿ ਕੇ ਖਾਓ ਤੁਹਾਡੇ ਤਾਂ ਕਮਾਉਂਦੇ ਦੀ ਦਾੜੀ ਵੀ ਚਿੱਟੀ ਹੋ ਗਈ ਬਾਲ ਵੀ ਚਿੱਟੇ ਹੋ ਗਏ ਹੋਰ ਤੁਸੀਂ ਮਰਦੇ ਦਮ ਤੱਕ ਥੋੜੀ ਕਮਾਓਗੇ ਹੁਣ ਤਾਂ ਸਰੀਰ ਵੀ ਨਹੀਂ ਕੰਮ ਕਰਦਾ ਪੁੱਤ ਵੀ ਮੈਂ ਭੱਜ ਭੱਜ ਕੇ ਕਹੀ ਚਲਾ ਲਾਂ ਜਾਂ ਪੰਡਾਂ ਚੱਕ ਲਾਂ ਕੱਖਾਂ ਦੀਆਂ ਨਾਲੇ ਮੇਰੀ ਗੱਲ ਸੁਣੋ ਕੰਮ ਕਰਨ ਨੂੰ ਸੁੱਖ ਨਾਲ ਰੱਬ ਨੇ ਆਪਣੇ ਸਾਰਾ ਕੁਝ ਦਿੱਤਾ ਹੋਇਆ ਐਡਾ ਵੱਡਾ ਬੰਗਲਾ ਪਾ ਕੇ ਦਿੱਤਾ ਇੰਨੀ ਜ਼ਮੀਨ ਬਣਾਤੀ ਹਲੇ ਵੀ ਲੈ ਪਤਾ ਨਹੀਂ ਹੋਰ ਕੀ ਭਾਲਦੇ ਨੇ ਖਬਰ ਹੈ ਕੀ ਦਿਮਾਗ ਨੂੰ ਹੋਇਆ ਉਹਨਾਂ ਦੇ ਨੂੰ ਉਹਨਾਂ ਨੂੰ ਇੰਨੀ ਸ਼ਰਮ ਆਉਂਦੀ ਵੀ ਹੁਣ ਇਹਨਾਂ ਦੀ ਸੇਵਾ ਕਰਨ ਦਾ ਹੱਕ ਬਣਦਾ ਸਾਡਾ ਤੁਸੀਂ ਇਸ ਟਾਈਮ ਉਹਨੂੰ ਘਰੋਂ ਕੱਢ ਦਿਓ ਅੱਜ ਤਾਂ ਤੁਹਾਡੇ ਕੋਲ ਕਦੇ ਗੱਲ ਨਹੀਂ ਕੀਤੀ ਗੀ ਸਾਨੂੰ ਪਤਾ ਸਾਡੇ ਨਾਲ ਕੀ ਕੁਛ ਹੁੰਦਾ ਸੀਗਾ ਬਸਤੀ ਏ ਹੁਣ ਸਾਨੂੰ 2-4 ਦਿਨ ਤਾਂ ਤੁਸੀਂ ਲਾਜ਼ਮੀ ਰੱਖੋ ਬਾਕੀ ਫਿਰ ਦੇਖੀ ਜੋ ਬਾਪੂ ਜੀ ਤੁਸੀਂ ਕਿੰਨੀ ਗੱਲਾਂ ਕਰਦੇ 2-4 ਦਿਨ ਦਾ ਕੀ ਮਤਲਬ ਹੈ ਤੁਹਾਡਾ ਘਰ ਹੈ ਠੀਕ ਹੈ ਤੁਸੀਂ ਸਾਡੇ ਮਾਂ ਬਾਪ ਹੋ ਅਸੀਂ ਤੁਹਾਡਾ ਖੂਨ ਆ ਤੁਸੀਂ ਸਾਰੀ ਉਮਰ ਇੱਥੇ ਹੀ ਰਹੋਗੇ ਨਾਲੇ ਜਿੱਦੇ ਉਹਨਾਂ ਨੂੰ ਸ਼ਰਮ ਆਈ ਨਾ ਮੁਹੱਲੇ 'ਚ ਮੂੰਹ ਦਿਖਾਉਣ ਆਪ ਆਉਣਗੇ ਲੈਣ ਵਾਸਤੇ ਤੁਸੀਂ ਬੇਫਿਕਰ ਹੋ ਕੇ ਰਹੋ ਜੀ ਤੁਹਾਡੀ ਧੀ ਦਾ ਘਰ ਹੈ ਜਿੰਨਾ ਚਿਰ ਮਰਜ਼ੀ ਰਹੋ ਸਾਨੂੰ ਕੋਈ 3-5 ਕੋਈ ਨਹੀਂ ਕਹੂਗਾ ਸਾਡੇ ਚੋਂ ਬਾਪੂ ਜੀ ਨਾਲੇ ਸਾਨੂੰ ਤਾਂ ਕੋਈ ਇਹ ਗੱਲ 'ਚ ਇਤਰਾਜ਼ ਨਹੀਂ ਹੈਗਾ ਮੈਂ ਤੇ ਲਾਪਰੀ ਤਾਂ ਕੱਲ ਨੂੰ ਬਾਹਰ ਜਾ ਵੜਾਂਗੇ ਫਿਰ ਬਾਅਦ 'ਚ ਬੇਬੇ ਇਕੱਲੀ ਸੀਗੀ ਹੋਰ ਨਾਲੇ ਫਲਾਈਟ ਹੈ ਨਾਲੇ ਇਸ ਤੋਂ ਸੋਚਿਆ ਸੀ ਸਾਨੂੰ ਮਿਲਣ ਵਾਸਤੇ ਆਏ ਹੋ ਇਹ ਤਾਂ ਹੋਰ ਹੀ ਕੁਝ ਹੋ ਗਿਆ ਚੱਲ ਕੋਈ ਨਾ ਪੁੱਤ ਫਿਰ ਕੀ ਗੱਲ ਹੈਗੀ ਹੈ ਤਾਂ ਚੱਲ ਹੁੰਦੀ ਰਹਿੰਦੀਆਂ ਨੇ ਹੁਣ ਆਪਣੇ ਬੈਠੇ ਕਹਿੰਦੀ ਤੇਰੇ ਭਰਾ ਨਾਲ ਮੈਂ ਗੱਲ ਕਰਾਂ ਕਿਸੇ ਨਾਲ ਗੱਲ ਕਰਨੀ ਕੋਈ ਲੋੜ ਨਹੀਂ ਗਲਤੀ ਉਹਨਾਂ ਨੇ ਕੀਤੀ ਹੈ ਨਾ ਆਪੇ ਆਉਣਗੇ ਉਹ ਲੈਣ ਵਾਸਤੇ ਆਪਾਂ ਉਹਨਾਂ ਦੇ ਹਾੜੇ ਨਹੀਂ ਕੱਢਣੇ ਵੀ ਬੇਬੇ ਬਾਪੂ ਨੂੰ ਆ ਕੇ ਲੈ ਜਾਓ ਉਹ ਤਾਂ ਫਿਰ ਜ਼ਿਆਦਾ ਚਾਂਬਲ ਜਾਣਗੇ ਤੈਨੂੰ ਕੀ ਪਤਾ ਹੈਗਾ ਆਉਣ ਦੇ ਤਾਂ ਸਹੀ ਉਹਨਾਂ ਨੂੰ ਮੈਂ ਤਾਂ ਪੁੱਤ ਤੇਰੇ ਬਾਪੂ ਨੂੰ ਕਿਹਾ ਸੀ ਵੀ ਆਪਾਂ ਕਿਤੇ ਹੋਰ ਵਗ ਚੱਲਦੇ ਆ ਕਿਉਂ ਤੀ ਦੇ ਘਰੇ ਜਾ ਕੇ ਬੈਠਣਾਗਾ ਕੋਈ ਨਾ ਭੈਣ ਜੀ ਕਿੱਡੀ ਕੁ ਵੱਡੀ ਗੱਲ ਆ ਤੁਸੀਂ ਇਹ ਦਿਲ ਤੇ ਗੱਲ ਨਾ ਲਾਓ ਜਦ ਸਾਨੂੰ ਅਸੀਂ ਕੋਈ ਪਰਿਵਾਰ ਦੇ ਵਿੱਚੋਂ ਅਸੀਂ ਸਾਰੇ ਸਾਨੂੰ ਰੱਖ ਕੇ ਖੁਸ਼ ਆ ਜਵਾਕ ਪਰ ਸਾਨੂੰ ਫਲੈਟ ਇਹਨਾਂ ਦੇ ਖੋਦਰ ਵਗ ਜਾਣਗੇ ਆਪਾਂ ਹੈਗੇ ਆ ਕਿਉਂ ਟੈਨਸ਼ਨ ਕੀਤੀ ਆ ਨਾਲੇ ਆਏ ਹੋਏ ਨਾ ਜੀ ਇਹਨੇ ਤਾਂ ਆਪਦੇ ਪੇਕਿਆਂ ਨੂੰ ਕਹਿ ਦੇਣਾ ਸੀ ਉੱਥੇ ਮੇਰੀ ਉਹ ਵੱਡੇ ਨਾਲ ਬਣਦੀ ਨਹੀਂ ਫਿਰ ਐਵੇਂ ਉਹ ਨਾ ਬਸ ਬਾਪੂ ਕੁਝ ਨਹੀਂ ਹੁੰਦਾ ਤੁਸੀਂ ਆਪਦਾ ਇੱਥੇ ਰਹੋ ਇੱਥੇ ਤੁਹਾਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਨਾ ਇੱਥੇ ਕੋਈ ਆ ਕੇ ਬੋਲੇ ਬਸ ਹੁਣ ਤਾਂ ਆਕਾਸ਼ ਨੇ ਵੀ ਕਹਿਤਾ ਮੌਜ ਕਰੋ ਦਾ ਘਰ ਹੈ ਠੀਕ ਹੈ ਪੁੱਤ ਆਕਾਸ਼ ਸ਼ਾਬਾਸ਼ ਤੂੰ ਕੁਝ ਬਣਾ ਕੇ ਦੇ ਖਾਣ ਪੀਣ ਮੈਂ ਵੀ ਕਹਿੰਦੀ ਸੀ ਮੈਂ ਚਾਹ ਪਾਣੀ ਬਣਾਉਣੀ ਆ ਆਜੋ ਮੰਮੀ ਠੀਕ ਆਜੋ ਪੁੱਤ ਚੌਂਦਾ ਰਹਾ ਪੁੱਤ ਤੂੰ ਸਾਨੂੰ ਇੰਨਾ ਹੌਸਲਾ ਦਿੱਤਾ ਕੋਈ ਗੱਲ ਨਹੀਂ ਬਾਪੂ ਜੀ ਜਿਵੇਂ ਇਹ ਮੇਰਾ ਘਰ ਹੈ ਉਵੇਂ ਤੁਹਾਡਾ ਵੀ ਘਰ ਹੈ ਮੈਂ ਤਾਂ ਇਹ ਪਿਆ ਵੀ ਉਹਨਾਂ ਨੂੰ ਹੰਕਾਰ ਕਿਹੜੀ ਗੱਲ ਦਾ ਇਹ ਜਾ ਦਿਮਾਗ ਖਰਾਬ ਆ ਪੁੱਤ ਦਾ ਕੋਈ ਗੱਲ ਨਹੀਂ ਬਾਪੂ ਜੀ ਇਹ ਤਾਂ ਸਾਡਾ ਫਰਜ਼ ਬਣਦਾ ਜੀ ਸਾਨੂੰ ਇੱਥੇ ਰੱਖਣਾ ਸ਼ਾਬਾਸ਼ ਏ ਪੁੱਤ ਤੂੰ ਮੈਨੂੰ ਇੰਨਾ ਰਹਿਣ ਲਈ ਤਾਂ ਕਹਿਤਾ ਪਰ ਪਰਸੋਂ ਨੂੰ ਤਾਂ ਤੁਹਾਡੀ ਫਲੈਟ ਹੈ ਅਸੀਂ ਕਿਹਦੇ ਕੋਲੇ ਰਹਾਂਗੇ ਲੈ ਤੁਸੀਂ ਮੇਰੀ ਮਾਂ ਕੋਲ ਰਹਿ ਪਿਓ ਨਾ ਪੁੱਤ ਤੇਰੀ ਮਾਂ ਕੋਲ ਅਸੀਂ ਕਿੰਨਾ ਕੁ ਚਿਰ ਰਹਿ ਪਾਂਗੇ ਜੇ ਉਹ ਸਾਨੂੰ ਲੈਣ ਹੀ ਨਾ ਆਇਆ ਵੱਧ ਤੋਂ ਵੱਧ ਤੇਰੀ ਮਾਂ ਸਾਨੂੰ 2-4 ਮਹੀਨੇ ਰੱਖ ਲੂਗੀ ਤੂੰ ਐਂ ਕਰ ਸਾਨੂੰ ਨਾ ਮੋਟਰਸਾਈਕਲ ਚੱਕ ਤੇ ਕਿਸੇ ਬਿਰਧਾ ਆਸ਼ਰਮ ਛੱਡਿਆ ਪੁੱਤ ਬਣ ਕੇ ਹਾਂ ਲੈ ਬਾਪੂ ਬਿਰਧਾ ਆਸ਼ਰਮ 'ਚ ਉਹ ਜਾਂਦੇ ਆ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਹੁੰਦਾ ਨਹੀਂ ਤਾਂ ਜੇ ਜਿਹੜੇ ਘਰੋਂ ਬਾਹਰ ਕੱਢ ਦਿੰਦੇ ਆ ਤੁਹਾਡਾ ਤਾਂ ਸੁੱਖ ਨਾਲ ਇੱਥੇ ਧੀ ਹੈਗੀ ਆ ਅਤੇ ਮੈਂ ਵੀ ਤੁਹਾਡਾ ਪੁੱਤ ਵਰਗਾ ਜਵਾਈ ਹੈਗਾ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਨਾਲੇ ਮੇਰੀ ਮਾਂ ਦਾ ਮੈਨੂੰ ਪਤਾ
वह भी मेरे अर्गी है जमा भोली है सोनू कुछ नहीं कहती कितने जाने नहीं कहती नाले वह जी लगे रहेगा मेरे तो बाद नहीं पुत चंगा नहीं लगता धी दे घरे रहना है ना देख ल तू कहती सी मेरा वह पुत चिट्टा है मेरा पुत बाला सोहना तो यह भावा किमें भी है पर तू दिल देख मुंडे का किन्ना साफ है शाबाश पुत। हाँ बापू जी तुसी कोई फिक्र ना करो पर जे सानू ए लगता ना भी इस गल का डर है भी मेरी माँ सानू बार बच्चे घरों बहर कढ़ दूगी या कुछ होर तो कोई गल नहीं मैं बाहर ही नहीं जाता है ना ना पुत ये तो मसा तो तुम आपका कम बनाया मसा थोड़ा वीजा आया गा है तुम आपकी जिंदगी बारे सोचो साडा की है असं बिरधा आश्रम च रह लेंगे कोई गल नहीं मैं लापरी गल कर दाँगा लापरी गल करके सू दस दिना तुम साढ़े को ही रहोगे जिन्ना चाहे सू लैन नहीं आते लापरीत लापरीत चाह बनाई जाती सी की गल हो गई यार मेरी गल सुन लापरीत मैं तेरे गल करनी है एक दसो आप बाहर का कैंसल कर दें क्यों यार मम्मी वर्ग ने भरोसा नहीं ये तो बिरधा आश्रम जाने गल करते हैं कहते तेरी मम्मी ने सू बाद सामना नहीं गा बिरधा आश्रम हाँ ठीक है ना ना बापू तुसी दोवां नहीं कितने बिरधा बुरधा आश्रम च नहीं जाना है बिरधा आश्रम च वो जाते होंगे ने जिन्हें तो कोई प्यार नहीं करता हों कोई धी नहीं होंगी कोई पुत नहीं होंगे जे पुत नहीं है थोड़ा जोंदा मरिया वर्ग है फिर धी तो जोंदी है थोड़ी थोड़ा जवाई भी जोंदा ठीक है धीए पर इतने असं चंगे नहीं लगते धीए रिश्ते प्यारे मेनू तुसी साडे कोले रहो असीं तुहाडी आपे केयर करांगे ओह तां गल ठीक है तेरी धीए पर पुत मैनू माफ कर दे सारी गलती मेरी है मेरे नाल तो यह होनिया ही चाहदियाँ सी मैं गोरे चिट्टे रंग पिछे तैनू मैं इन्ना माड़ा चंगा बोलती रही पर मैं नहीं पता सी पुत भी तू मेरा इन्ना साथ देगा पुत मैं माफ़ कर दे मेरे तो गलती बहुत वड्डी हो गई सी नहीं मम्मी जी तुसी माफ़ी का मांगते हो बस कोई नहीं मैं तो इन्ने ची खुश हाँ कि सानू इस गल का एहसास हो गया मम्मी कहिंदे हुंदे ने बंदा जिहे जिहे कर्म करदा ना उहो जिहे उहनूं फल मिलदे हुंदे ने हो सकदा तुसीं जिहड़ा कुछ साडे नाल कीता उही गाहां तुहाडे नाल वीरे ने कीता पर हमेशा वास्ते अगे जिन्नी भी जिंदगी बाकी है ना एक गल याद रखियो भी रंग भावें गोरा होवे भावें काला होवे उह नहीं कम आउंदा चम कदे नहीं कम आउंदा हुंदा मां सच्चा दिल कम आउंदा हुंदा इह तां गल तेरी ठीक है पुत पर मैं अज तों बाद कदे इह भेदभाव नहीं करांगी भी रंग गोरा या चिट्टा चल कोई नहीं मैसेज थोड़े सारे वास्ते है रंग रूप ते जात पात च कदे भेदभाव ना करया करो जरूरी नहीं हुंदा भी सिर्फ आपदा खून ही कम आउंदा हुंदा कई बार आपदा खून दा भी रंग कहिंदे काला निकल जांदा ते दिल काला निकल जांदा कई बार बगाने कम आ जांदे ने जिहड़े जवाई नूं मां आपदा नहीं समझदी सी आखिरकार उही कम आया वीडियो भावें थोड़ी जी असीं लंबी खिंच के लै गए सी पर मैसेज बहुत प्यारा दित्ता है कहने का भाव यह है भी रंग रूप ते जात पात का भेदभाव ना करया करो हसदे खेडते रहा करो ते हमेशा हर इंसान को दिल तो प्यार करया करो जे ये वाला सीरीज वधिया लग्या तो लाइक शेयर ते कमेंट जरूर करो बेस्ट कमेंट नू पिन किया जाऊगा थैंक यू सो मच।